ਦਰਸ਼ਕਾ ਪ੍ਰਾਈਮੇਅਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਨੂੰ ਅਰਨਲ ਫਰਬਜੋਤ ਕਾਰਤੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪਨੂਜੀ ਵਿੱਚ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਅਨੁਸਾਰ ਜੇ ਗੱਲ ਕਰੀਏ ਆਪਾਂ ਵਿਆਹਾਂ ਨੂੰ ਲੈ ਕੇ ਜਾਂ ਫਿਰ ਜੇ ਗੱਲ ਕਰੀਏ ਆਪਾਂ ਮੁਸਲਿਮ ਕਮਿਊਨਿਟੀ ਦੀ ਤਾਂ ਉਹਨਾਂ ਦੇ ਤਲਾਕ ਨੂੰ ਲੈ ਕੇ ਕਾਫੀ ਕੇਸਿਸ ਚੱਲੇ ਸੀ ਤਾਂ ਰੌਲਾ ਰੱਪਾ ਕਾਫੀ ਪਿਆ ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਸਿੱਖ ਕਮਿਊਨਿਟੀ ਦੀ ਤਾਂ ਉਹਨਾਂ ਦੇ ਆਨੰਦਕਾਰਜ ਦਾ ਕੇਸ ਵੀ ਜਿਹੜਾ ਸੀਗਾ ਉਹ ਕਾਫੀ ਰੌਲਾ ਰੱਪੇ ਤੋਂ ਬਾਅਦ ਕੁਝ ਗੱਲਾਂ ਤੇ ਕੁਝ ਸਹਿਮਤੀਆਂ ਹੋਈਆਂ ਫਿਰ ਉਹ ਐਵੇਂ ਹੀ ਰਹਿ ਗਿਆ ਤੇ ਹੁਣ ਸਾਹਮਣੇ ਆਇਆ 크ਿਸਚੀਅਨ ਕਮਿਊਨਿਟੀ ਦਾ ਜਿੱਥੇ ਤਲਾਕ ਨੂੰ ਲੈ ਕੇ ਤੇ ਉਹਦੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਕੁਝ ਆਨਾਂਕਨ ਜੀ ਹੋ ਰਹੀ ਹੈ ਇਸ ਸਾਰੇ ਕੇਸ ਦੇ ਉੱਪਰ ਜਾਣ ਦੇ ਖੂਬ ਪਹਿਲਾਂ ਤੇ ਅਸੀਂ ਜਿਹੜੇ ਦੂਸਰੇ ਧਰਮਾਂ ਬਾਰੇ ਉਹਨਾਂ ਦੀ ਗੱਲ ਕਰੀਏ ਹਾਂਜੀ ਸਿੱਖ ਧਰਮ ਦਾ ਜਿਹੜਾ ਆਨੰਦ ਮੈਰਿਜ ਐਕਟ ਹੈ 1903-4 ਚ ਬਣਿਆ ਰਾਜੇ ਦੇ ਵੇਲੇ ਰਿਆ ਬਾਅਦ ਵਿੱਚ ਉਹਨੂੰ ਕਾਨੂੰਨੀ ਮਾਨਤਾ ਨਹੀਂ ਐਸ ਲਈ ਸਿੱਖ ਇਹ ਸਮਝਦੇ ਹਾਕਿ ਸਾਨੂੰ Hindu ਧਰਮ ਦਾ ਅੰਗ ਮੰਨਿਆ ਗਿਆ ਕਿਉਂਕਿ ਉੱਥੇ ਲਿਖ ਦਿੱਤਾ ਗਿਆ ਕਿ Hindu, Sikh, Jaini, Bodhi ਇਹ ਚਾਰੇ ਇਕੱਠੇ ਲਿਖ ਕੇ ਹਾਂਜੀ ਤੇ ਅੱਗੇ ਲਿਖਤਾ ਕਿ ਜਿੰਨੀ ਵਾਰੀ Hindu ਲਿਖ ਜਾਵੇ ਵਾਰ-ਵਾਰ ਚਾਰੇ ਲਿਖਣ ਦੇ بجائے ਇਹ ਸਮਝਿਆ ਜਾਵੇ ਕਿ ਚਾਰਾਂ ਦੇ ਉੱਤੇ ਲਾਗੂ ਹੁੰਦਾ Hindu logic abbreviation ਵਾਸਤੇ ਵਰਤ ਲਿਆ ਗਿਆ ਉਹ ਚ ਕਹਿੰਦੇ ਸਾਨੂੰ ਤਾਂ Hindu ਧਰਮ ਦਾ ਹਿੱਸਾ ਮੰਨ ਲਿਆ ਹੁਣ ਕੋਈ ਥਾਵਾਂ ਤੇ ਮਤਭੇਦ ਵੀ ਨਹੀਂ ਸਾਡੇ ਇੱਕ ਸਤਕਾਰਯੋਗ ਜੱਜ ਸਾਹਿਬ ਸੁਪਰੀਮ ਕੋਰਟ ਦੇ ਉਹਨਾਂ ਨੇ ਅਸੀਂ ਸਮਝਦੇ ਸੀ ਸਿੱਖ ਜੱਜ ਉਹਨੇ ਕਹੇ ਤਾਂ ਮੈਂ ਤਾਂ Hindu ਆ ਉਹਦੇ ਬਾਅਦ ਇੱਕ ਸੁਆਮੀ ਨੇ Hindu ਧਰਮ ਦੇ ਨੇ ਕਹਿਤਾ ਵੇਖੋ ਨਹੀਂ ਸਿੱਖ ਤਾਂ ਮੰਨਦੇ ਨਹੀਂ ਸੀ ਉਨੇ ਕਹਤਾ ਹੁਣ ਤਾਂ ਮੰਨੋਗੇ ਇਹਨਾਂ ਗੱਲਾਂ ਦਾ ਕਰਕੇ ਸਿੱਖਾਂ ਚ ਮਦ ਪਏ ਉਹ ਸਮਝਿਆ ਕਿ ਸਾਡਾ ਆਨੰਦ ਮੈਰਿਜ ਐਕਟ ਵੱਖਰੇ ਤੌਰ ਤੇ ਲਾਗੂ ਹੋਣਾ ਚਾਹੀਦਾ ਸਾਨੂੰ ਹਿੰਦੂ ਮੈਰਿਜ ਐਕਟ ਜਿਹੜਾ ਜਿਹੜਾ ਕਾਮਨ ਮੈਰਿਜ ਐਕਟ ਆ ਚਾਰ ਧਰਮਾਂ ਦਾ ਉਹਦੇ ਮੁਤਾਬਕ ਰਜਿਸਟਰ ਨਾ ਕਰੋ ਮੁਸਲਮਾਨਾਂ ਦੀ ਗੱਲ ਦੂਸਰੀ ਐ ਜਦੋਂ ਕਾਮਨ ਸਿਵਲ ਕੋਰਟ ਦੀ ਗੱਲ ਆਉਂਦੀ ਹੈ ਉਹਨਾਂ ਦੇ ਨਿਕਾਹ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਝਗੜਾ ਤਲਾਕ ਦਾ ਜੀ ਉਹਨਾਂ ਦੀ ਪਰੰਪਰਾ ਤਲਾਕ 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 ਤਿੰਨ ਵਾਰੀ ਕਹਤਾ ਤਲਾਕ ਹੋ ਗੇ ਨਿੱਕੀ ਨਿੱਕੀ ਗੱਲ ਦੇ ਉੱਤੇ ਤਲਾਕ ਬੰਦੇ ਨੂੰ ਸ਼ਰਾਬ ਪੀਣ ਤੋਂ بیوی ਨੇ ਰੋਕਿਆ ਕਿ ਤੂੰ ਤਿੰਨ ਪੈਗ ਲਾ ਲੈ ਚੌਥਾ ਪੀਵੇਂਗਾ ਮਰ ਜੀਂਗਾ ਉਹ ਕਹਿੰਦਾ ਤਲਾਕ 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 ਤਿੰਨ ਪੈਗ ਤੋਂ ਬਾਅਦ ਤਿੰਨ ਤਲਾਕ ਹੋ ਗਏ ਇਦਾਂ ਵੀ ਹੋ ਗਿਆ ਇਹਦੇ ਉੱਤੇ ਉਹ ਕਹਿੰਦੇ ਆ ਕਿ ਇਹ ਕਾਨੂੰਨੀ ਮਾਨਤਾ ਨਹੀਂ ਦੇਣੀ ਚਾਹੀਦੀ ਔਰਤਾਂ ਬੱਚੇ ਲੈ ਕੇ ਵਿਚਾਰੀਆਂ ਰੋਤੀਆਂ ਫਿਰਦੀਆਂ ਬੰਦਾ ਜਾ ਕੇ ਦੂਸਿਆ ਵਿਆਹ ਕਰਾ ਲੈਂਦਾ ਇਹ ਮਸਲਾ ਹੋ ਰਿਹਾ ਇਹ ਵੀ ਅਦਾਲਤ ਦੇ ਵਿਚਾਰ ਅਧੀਨ ਤੀਸਰਾ ਮਸਲਾ ਆ ਗਿਆ ਹੁਣ ਚਰਚ ਦਾ ਚਰਚ ਦੋ ਕਿਸਮ ਦੇ ਨੇ ਇੱਕ ਪ੍ਰੋਟੈਸਟੈਂਟ ਨੇ ਇੱਕ ਕੈਥੋਲਿਕਸ ਨੇ ਜੀ ਕੈਥੋਲਿਕਸ ਚਰਚ ਜਿਹੜਾ ਉਹਨਾਂ ਦੇ ਇੱਕ ਬਿਸ਼ਪ ਸਾਹਿਬ ਨੇ ਜਾ ਕੇ ਸੁਪਰੀਮ ਕੋਰਟ ਚ ਕੇਸ ਕਰ ਦਿੱਤਾ ਕਿ ਸਾਡੇ ਕੁਝ ਲੋਕ ਹੈ ਜਿਨ੍ਹਾਂ ਦੇ ਕਿਉਂਕਿ ਸਾਡੇ ਸਾਰਿਆਂ ਦੇ ਵਿਆਹ ਜਿਹੜੇ ਆ ਅਸੀਂ ਜਿਹੜੀ ਮੈਰਿਜ ਹੈ ਉਹ ਚਰਚ ਵਿੱਚ ਕਰਦੇ ਆ ਤੇ ਕੁਝ ਲੋਕਾਂ ਦੇ ਡਾਈਵੋਰਸ ਵੀ ਚਰਚ ਵਿੱਚ ਹੋ ਗਿਆ ਜਿਹੜੇ ਚਰਚ ਵਿੱਚ ਡਾਈਵੋਰਸ ਹੋਏ ਆ ਉਹਨਾਂ ਨੂੰ ਸਾਡੀ 크੍ਰਿਸਚੀਅਨ ਕਮਿਊਨਿਟੀ ਮੰਨਦੀ ਆ ਦੇਸ਼ ਦਾ ਕਾਨੂੰਨ ਹੀ ਮੰਨਦਾ ਉਸ ਕਾਨੂੰਨ ਨੂੰ ਵੀ ਕਹੋ ਮੰਨੇ ਸੁਪਰੀਮ ਕੋਰਟ ਚ ਕੇਸ ਕਰਤਾ ਬڑا ਲੰਮਾ ਸਮਾਂ ਕੇਸ ਚੱਲਿਆ ਹੁਣ ਭਾਰਤ ਦੀ ਸੁਪਰੀਮ ਕੋਰਟ ਨੇ ਕਹਿਤਾ ਜੀ ਇਹ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਜਿੱਦਾਂ ਮੰਨਣਾ ਹੋਵੇ ਹੁਣ ਟ੍ਰਾਈਬਲ ਚ ਨੇ ਜੰਗਲ ਚ ਰਹਿੰਦੇ ਉਹਨਾਂ ਦੇ ਪੰਚਾਇਤੀ ਤੌਰ ਤੇ ਫੈਸਲੇ ਹੋ ਜਾਂਦੇ ਆ ਵਿਆਹ ਕਰ ਤਲਾਕ ਕਰ ਠੀਕ ਹੈ ਚੱਲਦਾ ਚੱਲੀ ਜਾਵੇ ਪਰ ਜੇ ਉਹਨਾਂ ਚ ਕੋਈ ਔਰਤ ਆ ਕੇ ਅਦਾਲਤ ਵਿੱਚ ਕਹਿ ਦੇਵੇ ਕਿ ਮੈਂ ਪੰਚਾਇਤੀ ਕਾਨੂੰਨ ਨੂੰ ਨਹੀਂ ਮੰਨਦੀ ਤੇ ਟ੍ਰਾਈਬਲ ਚ ਬਦੋਬਦੀ ਨਹੀਂ ਬਣਾ ਸਕਦੇ ਲਾਫ ਦਾ ਲੈਣ ਦੇਸ਼ ਦਾ ਕਾਨੂੰਨ ਲੱਗੂ ਹੋਊਗਾ ਸਿੱਖ ਤਰਮ ਦੇ ਵਿੱਚ ਵੀ ਸਾਡੇ ਪਿੰਡਾਂ ਚ ਕਈ ਵਾਰੀ ਪੰਚਾਇਤੀ ਤੌਰ ਤੇ ਤਲਾਕ ਦੇ ਫੈਸਲੇ ਹੁੰਦੇ ਹੁੰਦੇ ਹਾਂਜੀ ਹੁੰਦੇ ਨੇ ਕੁਝ ਕੁੜੀਆਂ ਜਾ ਕੇ ਫਿਰ ਜਾਂ ਕਈ ਵਾਰੀ ਕੋ ਮੁੰਡਾ ਹੀ ਜਾ ਕੇ ਅਦਾਲਤ ਵਿੱਚ ਕਹਿੰਦਾ ਕਦੇ ਪੰਚਾਇਤ ਚ ਦਬਾਅ ਪਾ ਕੇ ਕਰਾਤਾ ਗਿਆ ਸਥਿਤੀਆਂ ਵੇਖੋ ਐ ਹਾਲਾਤ ਨੇ ਮੈਂ ਨਹੀਂ ਤਲਾਕ ਨੂੰ ਮੰਨਦਾ ਉੱਥੇ ਅਦਾਲਤ ਵੱਖਰਾ ਫੈਸਲਾ ਦਿੰਦੀ ਹੈ ਇਸਲਾਮ ਦੇ ਵਿੱਚ ਵੀ ਇਸੇ ਗੱਲ ਤੇ ਰੇਡ ਕਾ ਪਿਆ ਫਿਰਦਾ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਬਹੁਤ ਸਾਰੇ ਥਾਵਾਂ ਤੇ ਮੁੰਡੇ ਕੁੜੀਆਂ ਦੇ ਵਿਆਹ ਹੁਏ ਤੜਵਾਤੇ ਇਹ ਕਹਿ ਕੇ ਤੜਵਾਤੇ ਜੀ ਗੋਤ ਰਲਦੀ ਹੈ ਜੇ ਗੋਤ ਰਲਦੀ ਹੈ ਤੇ ਇਹਦੇ ਸਵਾਲ ਦੇ ਉੱਤੇ ਵਿਆਹ ਤੜਵਾਏ ਗਏ ਉਹਨਾਂ ਚੁ ਕੁਝ ਲੋਕ ਚੁੱਪ ਕਰਕੇ ਡਰ ਕੇ ਬੈਠੇ ਕੁਝ ਨੂੰ ਕੁੱਟਿਆ ਮਾਰਿਆ ਗਿਆ ਦੋ ਤਿੰਨ ਥਾਵਾਂ ਤੇ ਸਾੜ ਵੀ ਦਿੱਤੇ ਗਏ ਹਾਂਜੀ ਇੱਕ ਦੋ ਥਾਵਾਂ ਤੇ ਮੌਤ ਦੀ ਸਜ਼ਾ ਸੁਣਾਈ ਗਈ ਪਰ ਉਹ ਬਚ ਗਏ ਪੁਰਸ਼ ਦੀ ਮਦਦ ਨਾਲ ਕੁਝ ਕੇਸ ਅਦਾਲਤਾਂ ਵਿੱਚ ਵੀ ਗਏ ਕਿ ਖਾਪ ਪੰਚਾਇਤ ਨੂੰ ਕੀ ਅਧਿਕਾਰ ਹੈ ਕਿ ਸਾਡੇ ਮਾਮਲੇ ਦੇਖ ਲਵੇ ਮਨੁੱਖ ਸਭ ਤੇ ਜਿਹੜੇ ਵਿਆਹ ਹੁੰਦੇ ਨੇ ਵਿਆਹ ਨੂੰ ਮੰਨਦੇ ਨੇ ਜਿਹੜੇ ਚਰਚ ਦੇ ਵਿੱਚ ਵਿਆਹ ਹੁੰਦੇ ਨੇ ਵਿਆਹ ਨੂੰ ਤੇ ਮੰਨਦੇ ਨੇ ਸਾਡੇ ਗੁਰਦੁਆਰੇ ਵਿੱਚ ਵਿਆਹ ਹੁੰਦਾ ਅਸੀਂ ਮੰਨਦੇ ਹਾਂ ਦੋਵੇਂ ਤਰ੍ਹਾਂ ਮੰਨਦੀਆਂ ਨੇ ਤਲਾਕ ਦੇ ਵੇਲੇ ਵੀ ਜਾ ਕੇ ਇਹ ਨਹੀਂ ਕਹਿੰਦੇ ਕਿ ਸਾਡਾ ਵਿਆਹ ਨਹੀਂ ਹੈ ਇਹ ਤੇ ਮੰਨਦੇ ਨੇ ਕਿ ਵਿਆਹ ਹੋਇਆ ਹੈ ਤਲਾਕ ਦੇ ਸਵਾਲ ਤੇ ਮਤ ਪੇਧਿਆ ਕਿ ਸਰਦੋ ਦਬਾਅ ਪਾ ਕੇ ਕਰਾਇਆ ਗਿਆ ਇਸ ਵਿਆਹ ਨੂੰ ਮੰਨ ਤੋ ਕੋਈ ਇਨਕਾਰ ਨਹੀਂ ਵਿਆਹ ਤਾਂ ਧਾਰਮਿਕ ਰਸਮ ਨਾਲ ਵੀ ਹੋ ਸਕਦਾ ਜੀ ਬਿਨਾਂ ਧਾਰਮਿਕ ਰਸਮਾਂ ਨਾਲ ਕੋਰਟ ਮੈਰਿਜ ਵੀ ਹੋ ਸਕਦੀ ਹੈ ਪਰ ਤਲਾਕ ਹੈ ਦੋ ਜ਼ਿੰਦਗੀਆਂ ਦਾ ਸਵਾਲ ਹੈ ਉਹਨਾਂ ਨੂੰ ਤੋੜਨ ਦਾ ਉਹਨਾਂ ਦੇ ਬੱਚਿਆਂ ਦਾ ਸਵਾਲ ਹੈ ਸਾਰੇ ਮੁੱਦੇ ਨੇ ਇਹਨਾਂ ਨੂੰ ਡਿਸਕਸ ਕੀਤੇ ਬਿਨਾਂ ਕਾਨੂੰਨ ਨੂੰ ਵੇਖੇ ਬਿਨਾਂ ਇੱਕ ਔਰਤ ਨੂੰ ਰੁੱਲਣ ਵਾਸਤੇ ਤੇ ਬੱਚੇ ਲੈ ਕੇ ਦਰਦ ਦਾ ਠੋਕਰਾ ਖਾਣ ਵਾਸਤੇ ਭੇਜਤਾ ਜਾਵੇ ਬਿਲਕੁਲ ਇਹ ਸਹੀ ਫੈਸਲਾ ਕਿਸੇ ਸਵਾਲ ਦੇ ਉੱਤੇ ਦੇਸ਼ ਦਾ ਕਾਨੂੰਨ ਉਹ ਜਦੋਂ ਸੋਚਦਾ ਕਿ ਉਹਦੇ ਸਾਹਮਣੇ ਉਹ ਔਰਤ ਨਹੀਂ ਗੇ ਉਹਦੇ ਸਾਹਮਣੇ ਬੱਚੇ ਨਹੀਂ ਗੇ ਉਹਦੇ ਸਾਹਮਣੇ ਦੇਸ਼ ਦੇ ਸਿਟੀਜ਼ਨ ਨੇ ਉਹੜਾ ਜੇ ਦੇਸ਼ ਦੇ ਸਿਟੀਜ਼ਨ ਨੇ ਵਿਕਸਤ ਦੇਸ਼ਾਂ ਜਾ ਕੇ ਵੇਖੋ ਉੱਥੇ ਬੱਚਾ ਜੇ ਪੈਦਾ ਨਹੀਂ ਹੋਇਆ ਹੁੰਦਾ ਪਹਿਲਾ ਹੈਲਥ ਡਿਪਾਰਟਮੈਂਟ ਵਾਲੇ ਘਰ ਚੈੱਕ ਕਰਨ ਵਾਸਤੇ ਆਉਂਦੇ ਕਿ ਤੁਹਾਡਾ ਘਰ ਜਿਹੜਾ ਉਹਦੇ ਸਾਡੇ ਦੇਸ਼ ਤੇ ਇੱਕ ਨਵਾਂ ਨਾਗਰਿਕ ਆ ਰਿਹਾ ਨਵਾਂ ਸਾਡਾ ਸਿਟੀਜ਼ਨ ਆ ਰਿਹਾ ਤੁਹਾਡੇ ਘਰ ਦੇ ਹਾਲਾਤ ਕਿਦਾਂ ਦੇ ਤੋੜੇ ਹੈਲਥ ਐਂਡ ਹਾਈਜਨ ਦਾ ਸਭ ਕੋ ਪ੍ਰਬੰਧ ਹੈਗਾ ਕਿ ਬੱਚੇ ਨੂੰ ਕੋਈ ਇਨਫੈਕਸ਼ਨ ਨਾ ਹੋ। ਸਾਡੇ ਦੇ ਇਥੇ ਕੁਝ ਵੀ ਨਹੀਂ ਝੁਕਿਆ ਅਜੇ। 10 ਕੇਸ ਇਹੋ ਜਿਹੇ ਹੋ ਚੁੱਕੇ ਆ। ਜਿੱਥੇ ਡਾਕਟਰ ਪਾਰਟੀ ਕਰਦੇ ਰਹੇ ਤੇ ਬਾਹਰ ਉੱਥੇ ਰਿਕਸ਼ੇ ਵਿੱਚ ਜਾਂ ਸੜਕ ਦੇ ਉੱਤੇ ਬੈਠੀ ਕਿਸੇ ਔਰਤ ਦੀ ਡਿਲੀਵਰੀ ਹੋ ਗਈ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਉੱਤੇ ਇਹ ਆਖਿਆ ਗਿਆ ਕਿ ਰੁਪਈਆ ਟੁੱਟਾ ਲਿਆਓ ਕਿਉਂਕਿ 1 ਰੁਪਈਆ ਦੀ ਪਰਚੀ ਬਣਦੀ ਹੈ ਤੇ ਬੀਬੀ ਦੇ ਪਤੀ ਕੋਲ 100 ਰੁਪਈਆ ਸੀ ਉਹਨਾਂ ਆਖਦੇ 100 ਰੁਪਈਆ ਸੀ ਤੋੜ ਨਹੀਂ ਸਕਦੇ ਤੇ ਬਿਨਾਂ ਰੁਪਈਏ ਤੋਂ ਪਰਚੀ ਨਹੀਂ ਬਣਾਉਣੀ। ਤੇ ਲਾਈਨ ਚ ਖੜੇ ਔਰਤ ਜਿਹੜੀ ਆ ਹਸਪਤਾਲ ਦੇ ਕਾਊਂਟਰ ਦੇ ਉੱਤੇ ਡਿਲੀਵਰੀ ਹੋ ਗਈ ਇਦਾਂ ਦੀਆਂ ਸਮੱਸਿਆਵਾਂ ਵੀ ਨਹੀਂ ਉਹ ਉਹ ਜਿਹੜੀਆਂ ਇੱਥੇ ਸਾਡੇ ਦੇਸ਼ ਵਿੱਚ ਹਾਲਾਤ ਇਸ ਤਰ੍ਹਾਂ ਦੇ ਆ ਕਿ ਅਸੀਂ ਨਾ ਜਿਉਂਦੇ ਨੂੰ ਬਲਕਿ ਕਜੋਦਨਾਂ ਨਾ ਕਿਸੇ ਦੁਖੀ ਦਾ ਨਾ ਕਿਸੇ ਡਿਲੀਵਰੀ ਦਾ ਕੋਈ ਗੱਲ ਦਾ ਖਿਆਲ ਰੱਖਦੇ ਹਾਂਜੀ ਅਸੀਂ ਤੇ ਮਰਦਿਆਂ ਨੂੰ ਪੁੱਛਦੇ ਹਾਂ ਕਿਸੇ ਦੀ ਮੜੀ ਬਣਾ ਦਿਓ ਉੱਥੇ ਜਾ ਕੇ ਉਹ ਮੱਧ ਪ੍ਰਦੇਸ਼ ਦੇ ਵਿੱਚ ਇੱਕ ਅੰਗਰੇਜ਼ ਦੀ ਕੁੱਤੀ ਮਰ ਗਈ ਸੀ ਉਹ ਅੰਗਰੇਜ਼ ਬਾਅਦ ਚ ਆਪ ਵੀ ਮਰ ਗਿਆ ਅੰਗਰੇਜ਼ ਵੀ ਉੱਥੋਂ ਚਲੇ ਗਏ ਅੱਜ ਤੱਕ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਡਿਸਟ੍ਰਿਕਟ ਹੈੱਡਕੁਆਰਟਰ ਚ ਅਦਾਲਤੀ ਕੰਪਲੈਕਸ ਵਿੱਚ ਉਸ ਕੁੱਤੀ ਦੀ ਕਬਰ ਬਣੀ ਹੈ ਔਰ ਜਿਹੜਾ ਨਵਾਂ ਡਿਪਟੀ ਕਮਿਸ਼ਨਰ ਆਉਂਦਾ ਪਹਿਲਾਂ ਉੱਥੇ ਮੱਥਾ ਟੇਕਣ ਜਾਂਦਾ ਸਾਡੇ ਤਾਂ ਇੱਥੇ ਇਸ ਤਰ੍ਹਾਂ ਵੀਦਾ ਚੱਲਦਾ ਪਿਆ ਜਿਉਂਦਿਆਂ ਦੀ ਕਦਰ ਨਹੀਂ ਇਹਦੇ 'ਚ ਸਾਡੀ ਸੁਪਰੀਮ ਕੋਰਟ ਨੇ ਚਰਚ ਵਾਲਿਆਂ ਨੂੰ ਠੀਕ ਫੈਸਲਾ ਦਿੱਤਾ ਕਿ ਕੋਈ ਵੀ ਧਰਮ ਹਿੰਦੁਸਤਾਨ ਦਾ ਸਾਡੇ ਦੇਸ਼ ਦੇ ਸੰਵਿਧਾਨ ਤੋਂ ਸਾਡੇ ਦੇਸ਼ ਦੇ ਜਿਹੜੇ ਕਾਨੂੰਨ ਨੇ ਨਿਯਮ ਨੇ ਉਹਨਾਂ ਤੋਂ ਉੱਪਰ ਨਹੀਂ ਜਾ ਸਕਦੇ ਤੁਸੀਂ ਆਪਣੇ ਤੌਰ ਦੇ ਉੱਤੇ ਫੈਸਲਾ ਪੰਚਾਇਤੀ ਤੌਰ ਤੇ ਕਰ ਦਿਓ ਚਰਚੋ ਵਿੱਚ ਬੈਠ ਕੇ ਕਰ ਦਿਓ ਜੇ ਘਰ ਦੇ ਪੋਰਚ ਵਿੱਚ ਬੈਠ ਕੇ ਕਰਦੇ ਹੋ ਸਾਨੂੰ ਉਹਦਾ ਮਤਲਬ ਨਹੀਂ ਜੇ ਤੁਹਾਡਾ ਨਿਭ ਜਾਂਦਾ ਆਪ ਪੋਰਚ ਠੀਕ ਠਾਕ ਪਰ ਜੇ ਦੋਹਾਂ ਵਿੱਚ ਇੱਕ ਪਾਰਟੀ ਆ ਕੇ ਚੈਲੰਜ ਕਰ ਦੇਵੇ ਤੇ ਫਿਰ ਤੁਹਾਡੇ ਧਰਮ ਸਥਾਨ ਦੇ ਵਿੱਚ ਉਹ ਧਰਮ ਸਥਾਨ ਹਿੰਦੂਆਂ ਦਾ ਹੋਵੇ ਸਿੱਖਾਂ ਦਾ ਹੋਵੇ ਮੁਸਲਮਾਨਾਂ ਦਾ ਹੋਵੇ ਜਾਂ 크ਰਿਸਚੀਅਨਾਂ ਦਾ ਚਰਚ ਹੋਵੇ ਕਿਸੇ ਵੀ ਧਰਮ ਸਥਾਨ 'ਚ ਬੈਠ ਕੇ ਦੋ ਜੀਆਂ ਦੇ ਇਸ ਤੋੜ ਵਿਛੋੜੇ ਦਾ ਕੇਸ ਜਿਹੜਾ ਨਿੱਠਿਆ ਹੋਵੇਗਾ ਉਹਦੀ ਕਾਨੂੰਨੀ ਮਾਨਤਾ ਕੋਈ ਨਹੀਂ ਕਾਨੂੰਨੀ ਮਾਨਤਾ ਫਿਰ ਅਦਾਲਤ ਤੈਅ ਕਰੇਗਾ ਕਿਉਂਕਿ ਅਦਾਲਤ ਨੇ ਤੈਅ ਕਰਨ ਲੱਗਾ ਹੈ ਵੀ ਵਖਣਾ ਕਿ ਉਸ ਬੀਬੀ ਦੇ ਕੋਲ ਰੋਟੀ ਖਾਣ ਦਾ ਪ੍ਰਬੰਧ ਹੈਗਾ ਬੱਚੇ ਪਾਲਣ ਦਾ ਪ੍ਰਬ ਇੱਥੇ ਸੋਚ ਉਸ ਗਵਰਟੀ ਇੰਨੀ ਹੈ ਨਹੀਂ ਕਿ ਬੱਚੇ ਬਾਅਦ ਵਿੱਚ ਆਪਣਾ ਗੁਜ਼ਾਰਾ ਕਰ ਸਕਣ ਵਿਕਸਿਤ ਦੇਸ਼ਾਂ ਦੇ ਵਿੱਚ ਤਾਂ ਕੋਈ ਕ੍ਰਿਮੀਨਲ ਵੀ ਹੋਵੇ ਤੇ ਉਹਦੇ ਬੱਚਿਆਂ ਨੂੰ ਵੀ ਬਾਅਦ ਵਿੱਚ ਫ੍ਰੀ ਪੜਾਈ ਕਰਾਈ ਜਾਂਦੀ ਹੈ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਬੱਚਾ ਵੀ ਪਿਓ ਵਾਂਗ ਮੁੜ ਕੇ ਕ੍ਰਿਮੀਨਲ ਨਾ ਬਣ ਜਾਵੇ ਸਾਡੇ ਦੇਸ਼ ਵਿੱਚ ਤੇ ਇਹਦਾ ਪ੍ਰਬੰਧ ਹੀ ਕੋਈ ਨਹੀਂ ਇੱਥੇ ਇਹ ਬਿਲਕੁਲ ਸੁਪਰੀਮ ਕੋਰਟ ਨਾਲ ਠੀਕ ਫਸਦਾਤਾ ਕਿ ਧਰਮ ਸਥਾਨਾਂ ਦੇ ਵਿੱਚ ਇਹ ਜਿਹੜੀ ਅਗਲਾ ਸਹਿਮਤੀ ਨਾਲ ਹੋ ਜਾਵੇ ਕੋਈ ਇਤਰਾਜ਼ ਨਹੀਂ ਪਰ ਜੇ ਸਹਿਮਤੀ ਚੋਂ ਇੱਕ ਜਣਾ ਵੀ ਅਦਾਲਤੋਂ ਚਾ ਜਾਵੇ ਫਿਰ ਦੇਸ਼ ਦਾ ਕਾਨੂੰਨ ਲਾਗੂ ਹੋਵੇਗਾ ਫਿਰ ਤੁਹਾਡੇ ਉਥੋਂ ਵਾਲੇ ਜਿਹੜੇ ਖਾਪ ਪੰਚਾਇਤ ਨਹੀਂ ਹੋਣਗੇ ਭਾਵੇਂ ਚਰਚੀ ਹੋਵੇ ਜੀ ਬਹੁਤ ਚਲਾਗਾ ਯੋਗ ਉਹਨਾਂ ਦਾ ਕਦਮ ਹੈ ਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮਾਹੋਗਿਕ ਚਾਰਜੀ ਬ੍ਰੇਕ ਦਾ ਤੁਸੀਂ ਕਿਤੇ ਨਾ ਜਾਣ ਤੇ ਬਨੇ ਰਹੋ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਥ ਜਤਿੰਦਰ ਪਨੂਜੀ ਦੇ ਨਾਲ ਲੋਬੀ ਹਾਜ਼ਰ ਜੱਜ ਦਾ ਵਿਚਾਰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਕੇਂਦਰ ਦੀ ਕਰਦੇ ਆਂ ਪੰਨੂ ਸਾਹਿਬ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਦੇ ਸੰਬੰਧ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਰਿਜ਼ਰਵ ਬੈਂਕ ਦੇ ਗਵਰਨਰ ਉਜਿਤ ਪਟੇਲ ਨੂੰ ਕੁਝ ਸਵਾਲ ਪੁੱਛੇ ਤੇ ਉਹਨਾਂ ਸਵਾਲਾਂ ਦੇ ਜਵਾਬ ਉਹ ਠੀਕ ਤਰ੍ਹਾਂ ਨਹੀਂ ਦੇ ਪਾਏ ਤੇ ਜਿਸ ਤੋਂ ਬਾਅਦ ਥੋੜਾ ਅੜਿੱਕਾ ਜਾ ਪਿਆ ਗਿਆ ਇਹ ਪੂਰਾ ਮਾਮਲਾ ਕੀ ਹੈ ਦੇਖੋ ਜੇ ਤੇ ਉਹਦੇ ਸਵਾਲਾਂ ਜਵਾਬਾਂ ਨੂੰ ਵੇਖਿਆ ਜਾਵੇ ਤੇ ਇਹਦੇ ਆਧਾਰ ਤੇ ਦੇਸ਼ ਦੇ ਖਜ਼ਾਨਾ ਮੰਤਰੀ ਅਰਣ 제ਤਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਟਾਰੇ ਚ ਖੜਾ ਕੀਤਾ ਜਾ ਸਕਦਾ ਜੀ ਪਰ ਦੇਸ਼ ਦਾ ਸੰਵਿਧਾਨ ਤੇ ਨਿਜਮ ਜਿਹੜੇ 1960 ਚ ਸੋਧੇ ਜਾ ਚੁੱਕੇ ਆ ਉਹਨਾਂ ਦੇ ਮੁਤਾਬਕ ਹੋਰ ਜੋ ਮਰਜ਼ੀ ਹੋਵੇ ਪ੍ਰਧਾਨ ਮੰਤਰੀ ਆਪੇਸ਼ ਹੋਣਾ ਚਾਵੇ ਤੇ ਪਾਰਲੀਮੈਂਟਰੀ ਕਮੇਟੀ ਸੁਣ ਸਕਦੀ ਹੈ ਪ੍ਰਧਾਨ ਮੰਤਰੀ ਨੂੰ ਸੱਦਿਆ ਨਹੀਂ ਜਾ ਸਕਦਾ ਜਦੋਂ ਦੋ ਤਿੰਨ ਸਕਿੰਟ ਲ ਹੋਏ ਸੀ ਡਾਕਟਰ ਮਰਮੋਨਸ ਕਹਿੰਦੇ ਆਪ ਕਹਿੰਦਾ ਸੀ ਮੈਂ ਪਾਰਲੀਮੈਂਟਰੀ ਕਮੇਟੀ ਕੋਲ ਜਾਣ ਨੂੰ ਤਿਆਰ ਪਾਰਲੀਮੈਂਟਿਕ ਕਮੇਟੀ ਨੇ ਸੱਤ ਦੇ اخਲਾਕੀ ਤੌਰ ਤੇ اخਲਾਕੀ ਤੌਰ ਤੇ ਉਹਨੇ ਕਹਿਤਾ ਸੀ ਕਿ ਮੈਂ ਜਾਨ ਨੂੰ ਤਿਆਰ ਹੁਣ ਇਹ ਜਿਹੜਾ ਨੋਟਬੰਦੀ ਦਾ ਮੁੱਦਾ ਉਹ ਮੁੜਕੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਇਆ ਨਾ 8 ਨਵੰਬਰ ਨੂੰ ਲੋਕਾਂ ਨੂੰ ਇਹਨਾਂ ਪਤਾ ਲੱਗਾ ਕਿ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨੇ ਟੀਵੀ ਦੇ ਉੱਤੇ ਇੱਕ ਕੌਮ ਦੇ ਨਾਲ ਸੰਦੇਸ਼ ਦੇਣਾ ਕੁਝ ਲੋਕਾਂ ਦੇ ਦਿਲਚਸਪੀ ਉਂਦੀ ਕੁਝ ਉਸ ਵਕਤ ਵੀ ਨਾਟਕ ਵੇਖਦੇ ਸੀਰੀਅਲ ਵੇਖਦੇ ਜਿਹਨਾਂ ਦੇ ਦਿਲਚਸਪੀ ਸੀ ਉਹਨਾਂ ਨੇ ਸੁਣਿਆ ਤੇ ਸੁਣੋ ਤੋਂ 50 ਮਿੰਟਾਂ ਬਾਅਦ ਹੀ ਘਰ ਦੇ ਵਿੱਚ ਸੀਰੀਅਲ ਵੇਖਣ ਵਾਲੇ ਨੂੰ ਰੌਲਾ ਪਾਤਾ ਉਹ ਤੁਸੀਂ ਕੀ ਵੇਖ ਜਾਂਦੇ ਜਾਂ ਹੋਰ ਪਵਾੜਾ ਪੈ ਗਿਆ ਇਹਦਾ 500 ਦੇ ਤੇ 1000 ਰੁਪਏ ਵਾਲੇ ਨੋਟ ਜਿਹੜੇ ਬੰਦ ਹੋ ਗਏ ਭੜਕੇ ਸਵੇਰ ਤੱਕ ਨਹੀਂ ਹੋਣਾ ਫਿਰ ਇਹ ਦੱਸਿਆ ਗਿਆ ਪੈਟਰੋਲ ਪੰਪਾਂ ਤੇ ਚੱਲਣਗੇ ਕਈ ਲੋਕਾਂ ਨੇ ਰਾਤ ਦੀ ਰੋਟੀ ਨਹੀਂ ਖਾਧੀ ਉਸ ਵੇਲੇ ਗੱਡੀਆਂ ਲੈ ਕੇ ਪੈਟਰੋਲ ਪੰਪਾਂ ਤੇ ਚਲੇ ਗਏ ਇਦਾਂ ਹੀ ਹੋਇਆ ਇਹ ਆਖਿਆ ਕਿ ਰੇਲਵੇ ਸਟੇਸ਼ਨ ਤੇ ਚੱਲਣਗੇ ਕੁਝ ਲੋਕਾਂ ਨੇ ਰਾਤੋਂ ਰਾਤ ਜਾ ਕੇ ਸਾਰੇ ਟੱਬਰ ਦੀਆਂ ਰੇਲਵੇ ਦੀਆਂ ਟਿਕਟਾਂ 500 ਦੇ ਨੋਟਾਂ ਨਾਲ ਬੁੱਕ ਕਰਾਤੀਆਂ ਕਲਕੱਤੇ ਦੀਆਂ ਤੇ ਸਵੇਰੇ ਜਾ ਕੇ ਕੈਨਸਲ ਕਰਾ ਕੇ ਤੇ ਉਹ ਇਹ ਸਾਰਾ ਪਰਥੂ ਜੜਾ ਪੈ ਗਿਆ ਹੁਣ ਸਰਕਾਰ ਤਾਂ ਕਹਿੰਦੀ ਸਭ ਕੁਝ ਠੀਕ ਹੈ ਪਰ ਠੀਕ ਹੈ ਜੇ ਵੀ ਨਹੀਂ ਅਜੇ ਵੀ ਇੱਕੋ ਵਕਤ ਮੇਰੇ 5 ਲੱਖ ਰੁਪਏ ਬੈਂਕ ਵਿੱਚ ਪਏ ਹੋਣ ਮੈਨੂੰ ਪੈਸਿਆਂ ਦੀ ਲੋੜ ਹੋਵੇ ਮੈਂ 24000 ਰੁਪਏ ਤੋਂ ਵੱਧ 24000 ਇੱਕ ਨਹੀਂ ਕਢਾ ਸਕਦਾ پابੰਧੀਆਂ ਤੇ ਜੇ ਵੀ ਨਹੀਂ ਐਮਰਜੈਂਸੀ ਕੋਈ ਨਹੀਂ ਔਰ ਇਹਦਾ ਮਤਲਬ ਹੈ ਕਿ 2.5 ਮਹੀਨੇ ਲੰਘ ਗਏ ਤੇ ਅਜੇ ਤੱਕ ਠੀਕ ਨਹੀਂ ਤੇ ਪ੍ਰਧਾਨ ਮੰਤਰੀ ਦੇ ਕਹਿੰਦਾ ਸੀ ਸਿਰਫ 50 ਦਿਨ ਚਾਹੀਦੇ ਆ 2 ਮਹੀਨੇ ਵੀ ਪੂਰੇ ਨਹੀਂ ਸੀ ਮੰਗੇ ਉਹਨੂੰ 50 ਦਿਨ ਚਾਹੀਦੇ ਸੀ ਲੋਕ ਦੁਖੀ ਹੋਏ ਪੈ ਨੇ ਇਹ ਜਿਹੜੀ ਸਮੱਸਿਆਵਾਂ ਨੇ ਇਹਨਾਂ 'ਚ ਫਿਰ ਪੁੱਛਿਆ ਗਿਆ ਵੀ ਇਹ ਇਹ ਪੌੜਾ ਪਾਇ ਕਿਨੇ ਫੈਸਲਾ ਜਰਬੈਂਕ ਦਾ ਇਹ ਫੈਸਲਾ ਖਜ਼ਾਨਾ ਮੰਤਰਾਲੇ ਦਾ ਇਹ ਖਜ਼ਾਨਾ ਪਲੈਨਿੰਗ ਕਮਿਸ਼ਨ ਜਿਹੜਾ ਪ੍ਰਮਾਣਾ ਹੁੰਦਾ ਸੀ ਅੱਜ ਕੱਲ ਉਹਨੂੰ ਨੀਤੀਯੋਗ ਕੇ ਉਹਦਾ ਜਾਂ ਪ੍ਰਧਾਨ ਮੰਤਰੀ ਦਾ ਇਹਦੇ 'ਚ ਰਾਈਟ ਟੂ ਇਨਫੋਰਮੇਸ਼ਨ ਵਾਲਾ ਜਿਹੜਾ ਆਰਟੀਆਈ ਐਕਟ ਹੈ ਬਹੁਤ ਸਾਰੇ ਦੁਕਾਨੇਦਾਰਾਂ ਨੇ ਚਿੱਠੀਆਂ ਪਾਪਾ ਪੁੱਛਿਆ ਦੱਸੋ ਜੀ ਫੈਸਲਾ ਕਦੋਂ ਆਇਆ ਕਿਹੜੀ ਮੀਟਿੰਗ ਥੋ ਹੈ ਉਹ ਮੀਟਿੰਗ ਕਿੰਨੇ ਘੰਟੇ ਚੱਲੀ ਉਹ 'ਚ ਕਿਨੇ ਕੀ ਆਖਿਆ ਕੋਈ ਜਵਾਬ ਨਹੀਂ ਦੇ ਪਾਇਆ ਕੋਈ ਜਵਾਬ ਨਹੀਂ ਦੇ ਸਕੇ ਫਿਰ ਕੁਝ ਗੱਲਾਂ ਚ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਨੇ 8 ਤਰੀਕ ਨੂੰ ਆਖਿਆ ਤੇ ਸਾਡੇ ਕੋਲ ਮੰਤਰੀ ਮੰਡਲ ਦੇ ਇੱਕ ਸੁਨੇਹਾ ਆਇਆ ਕਿ ਤੁਸੀਂ ਇਹਦੇ ਬਾਰੇ ਵਿਚਾਰ ਕਰੋ ਤੇ ਅਸੀਂ ਉਸੇ ਦਿਨ ਵਿਚਾਰ ਕਰਕੇ ਤੇ ਤਜਵੀਜ਼ ਪ੍ਰਵਾਨ ਕਰ ਲਈ ਤੇ ਸਰਕਾਰ ਨੂੰ ਕਹਿ ਦਿੱਤਾ ਕਿ ਕਰ ਦਿੱਤੀ ਜਾਵੇ ਇਹਦਾ ਮਤਲਬ ਜਿਹੜਾ ਰਿజర్ਵ ਬੈਂਕ ਹੈ ਉਹ ਸਰਕਾਰ ਦੇ ਕਹਿ ਤੱਕ ਕੰਮ ਕਰਦੀ ਹੈ ਪਰ ਰਿజర్ਵ ਬੈਂਕ ਨੂੰ ਤਾਂ ਹੁਣ ਤੱਕ ਆਟੋਨੋਮਸ ਬਾਡੀ ਆਖਿਆ ਜਾਂਦਾ ਖੁਦ ਮੁਖਤਾਰ ਹੈ ਇੱਥੇ ਕਿਸੇ ਦਾ ਕੋਈ ਦਖਲ ਨਹੀਂ ਤੇ ਜੋ ਇਹ ਮੰਦ ਦੇ ਇੱਕ ਸਰਕਾਰ ਨੇ ਸੁਨੇਹਾ ਭੇਜਿਆ ਮੰਤਰੀ ਮੰਡਲ ਦੀ ਤਜਵੀਜ਼ ਆਈ ਤੇ ਇਸ ਤਜਵੀਜ਼ ਦੇ ਆਧਾਰ ਤੇ ਹੀ ਫੈਸਲਾ ਕੀਤਾ ਤੇ ਫਿਰ ਤਾਂ ਸਾਫ ਹੈ ਕਿ ਸਰਕਾਰ ਦਾ ਦਖਲ ਹੈ ਉਹ ਦਖਲ ਦੇ ਬਾਰੇ ਚ ਵੀ ਗੱਲਾਂ ਹੋਣਗੀਆਂ ਸਾਡੇ ਇੱਥੇ ਸਰਕਾਰ ਚ ਚਲਾਉਣ ਵਾਲੇ ਲੋਕ ਬਹੁਤ ਸਾਰੀਆਂ ਗੱਲਾਂ ਲੁਕਾ ਕੇ ਰੱਖਦੇ ਆ ਔਰ ਮੈਨੂੰ ਇਹ ਕਹਿਣ ਚ ਕੋਈ ਚੀਜ਼ ਨਹੀਂ ਸਰਕਾਰ ਚ ਚਲਾਉਣ ਵਾਲੇ ਲੋਕ ਰੱਜ ਕੇ ਝੂਠ ਵੀ ਬੋਲਦੇ ਆ ਹਾਂਜੀ वाजपेयी ਸਰਕਾਰ ਵੇਲੇ ਸਾਡਾ ਰੱਖਿਆ ਮੰਤਰੀ ਹੁੰਦਾ ਸੀ ਜਾਰਜ ਫਰਨਾਡਿਸ ਉਹ ਅਮਰੀਕਾ ਚ ਲੱਗ ਗਿਆ ਅਮਰੀਕਾ ਬੜਾ ਨੇ ਉਹਦੇ ਸਾਰੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਇੱਥੇ ਆ ਕੇ ਭਾਰਤ ਵਿੱਚ ਕਿਸੇ ਨੇ ਧੂਆਂ ਨਹੀਂ ਕੱਢਿਆ ਬਾਦ ਵਿੱਚ ਅਮਰੀਕਾ ਵੜਾਂ ਦਾ ਮੰਤਰੀ ਜਿਹੜਾ ਸੀ ਉਸ ਵਕਤ ਦਾ ਰੱਖਿਆ ਮੰਤਰੀ ਟਾਲਬੋਟ ਉਹ ਜੋ ਰਟਾਇਰ ਹੋ ਗਏ ਆਪਣੇ ਜੀਵਨੀ ਲਿਖੀ ਜੀਵਨੀ ਚ ਉਹਨੇ ਲਿਖ ਦਿੱਤਾ ਕਿ ਆ ਕੁਝ ਆ ਮੇਰੇ ਹੁੰਦਿਆ ਜਾਰਜ ਫਰਨਾਡੀਜ਼ ਨਾਲ ਫਿਰ ਜਾਰਜ ਫਰਨਾਡੀ ਨੇ ਪੁੱਛਿਆ ਗਿਆ ਬਾਕੀ ਮੰਤਰੀਆਂ ਨੂੰ ਪੁੱਛਿਆ ਗਿਆ ਸਾਡੇ ਪੰਜਾਬ ਦੇ ਅਕਾਲੀ ਮੰਤਰੀ ਹੁੰਦੇ ਸਨ ਬਾਜਪੀ ਸਰਕਾਰ ਚ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਜੀ ਇਦਾਂ ਦੀ ਗੱਲ ਹੀ ਕੋਈ ਨਹੀਂ ਹੋਈ ਫਿਰ ਜੋ ਦੁਬਾਰਾ ਪੁੱਛਿਆ ਗਿਆ ਕਿ ਜਾਰਜ ਫਰਨਾਡੀ ਦਾ ਮੰਨ ਗਿਆ ਕਿ ਹੋਈ ਸੀ ਕਹਿੰਦੇ ਜੀ ਹੋਈ ਹੋ ਸੰਤ ਮੰਤਰੀ ਮੰਡਲ ਚ ਕਹਿ ਰਹੇ ਦੱਸਿਆ ਨਹੀਂ ਬਾਅਦ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਮੰਤਰੀ ਮੰਡਲ ਦੇ ਰਿਕਾਰਡ ਤੇ ਉੱਥੇ ਅ ਪਰ ਲੋਕਾਂ ਕੋ ਝੂਠ ਬੋਲਦੇ ਰਹੇ ਤੇ ਤੁਹਾਨੂੰ ਸਾਹ ਹਾਂਜੀ ਐਸ ਬਸਲੇ ਤੇ ਵੀ ਝੂਠ ਬੋਲਦੇ ਰਹੇ ਨੇ ਸਾਰੇ ਉਹਨੂੰ ਝੂਠ ਜਾ ਰੋਣ ਦਾ ਮੌਕਾ ਆ ਗਿਆ ਜਦੋਂ ਪਾਰਲੀਮੈਂਟਰੀ ਕਮੇਟੀ ਦਾ ਸੱਦਿਆ ਤੇ ਰਜਰ ਬੈਂਕ ਦਾ ਗਵਰਨਰ ਜਿਹੜਾ ਉਜਜਤ ਪਟੇਲ ਹੈ ਉੱਥੇ ਪੇਸ਼ ਹੋਇਆ ਉਹਨਾਂ ਨੇ ਵਾਰਦੀ ਖਲ ਲਾਉਣੀ ਸ਼ੁਰੂ ਕਰ ਦਿੱਤੀ ਇੱਕ ਇੱਕ ਨੁਕਤਾ ਪੁੱਛਣਾ ਸ਼ੁਰੂ ਕਰਤਾ ਐ ਨੋਟ ਕਿੰਨੇ ਸੀ ਤੁਹਾਡੇ ਕੋ ਕੀ ਰਿਕਾਰਡ ਹੈ ਕਿ ਪੁਰਾਣੇ ਨੋਟ ਕਿੰਨੀ ਕੀਮਤ ਦੇ ਸੀ ਉਹਨਾਂ ਚੋਂ ਆਏ ਕਿੰਨੇ ਆ ਤੁਸੀਂ ਕਹਿੰਦੇ ਸੀ 1.14 ਲੱਖ ਕਰੋੜ ਬਾਹਰ ਨੇ ਤੇ ਤੁਹਾਡੇ ਕੋਲ 14.90 ਹਜ਼ਾਰ ਕਰੋੜ ਆ ਗਏ ਆ ਬਾਕੀ ਦੇ 40 ਹਜ਼ਾਰ ਕਰੋੜ ਕਿੱਥੋਂ ਆ ਗਏ ਇਹਦਾ ਮਤਲਬ ਬਲੈਕ ਮਨੀ ਵੀ ਤੁਹਾਡੇ ਕੋਲ ਆ ਗਈ ਹੈ ਤੇ ਬਲੈਕ ਮਨੀ ਕੱਲੀ ਨਹੀਂ ਨਕਲੀ ਨੋਟ ਵੀ ਤੁਹਾਡੇ ਕੋਲ ਆ ਗਏ ਤਾਂ ਵਾ ਬਲੈਕ ਮਨੀ ਤੇ ਫਿਰ ਵੀ ਅਸਲੀ ਨੋਟ ਹੋਣਗੇ ਨਾ ਬਲੈਕ ਦੇ ਹੋਣਗੇ ਪਰ ਅਸਲੀ ਹੋਣਗੇ ਇਹ ਤਾਂ ਨਕਲੀ ਵੀ ਆ ਗਏ ਇਹ ਪੁੱਛਿਆ ਗਿਆ ਕਿ ਕੋਆਪਰੇਟ ਬੈਂਕਾਂ ਦੇ ਵਿੱਚ ਕਿੰਨਾ ਕਾਲਾ ਮਲਾ ਹੋਇਆ ਰਿਜ਼ਰਵ ਬੈਂਕ ਦੇ ਗਵਰਨਰ ਦੀ ਆਖੜੀ ਮੇਰੇ ਕੋਲ ਅੰਕੜੇ ਨਹੀਂ ਜਦ ਕੋਲ ਉਹਦੇ ਕੋਲ ਹੋਣਾ ਚਾਹੀਦਾ ਅੰਕੜੇ ਇਸ ਕਰਕੇ ਨਹੀਂ ਕਿ ਜਿਹੜੇ ਪੰਜ ਬੈਂਕਾਂ ਕੋਆਪਰੇਟ ਵਾਲਾ ਸਭ ਤੋਂ ਵੱਧ ਕਾਲਾ ਮਲਾ ਹੋਇਆ ਉਹ ਪੰਜੇ ਬੀਜੇਪੀ ਨਾਲ ਜੁੜਦੇ ਹਾਂ ਜਿਹਦੇ ਚ 8 ਕਰੋੜ ਦੇ ਡਿਪੋਜ਼ਿਟ ਸੀ ਤੇ ਸਿਰਫ 4 ਦਿਨਾਂ ਦੇ ਅੰਦਰ ਵੱਧ ਦੇ ਵੱਧ 207 ਕਰੋੜ ਦੇ ਹੋ ਗਏ ਇਹਦਾ ਮੁੱਲ ਕਿ 203 ਕਰੋੜ 4 ਦਿਨਾਂ ਚੋਂ ਉੱਥੇ ਜਮ੍ਹਾਂ ਹੋ ਗਿਆ ਉਸ ਬੈਂਕ ਦਾ ਚੇਅਰਮੈਨ ਸਾਰੇ ਹਿੰਦੁਸਤਾਨ ਦੇ ਕੋਆਪਰੇਟਿਵ ਬੈਂਕਾਂ ਦਾ ਡਿਸਟ੍ਰਿਕਟ ਲੈਵਲ ਦੇ ਜਿਹੜੇ ਉਹਨਾਂ ਦਾ ਚੇਅਰਮੈਨ ਬਣਿਆ ਤੇ ਬਣਿਆ ਨਿਰੰਦਰ ਮੋਦੀ ਸਾਹਿਬ ਨੇ ਗੱਲ ਫੇਰ ਉਧਰ ਆਉਂਦੀ ਹੈ ਕਿੰਨਾ ਸਾਰੀਆਂ ਗੱਲਾਂ ਤੇ ਰਿਜ਼ਰਵ ਬੈਂਕ ਦਾ ਗਵਰਨਰ ਬੜੀ ਬੁਰੀ ਤਰ੍ਹਾਂ ਫਸ ਗਿਆ। ਪਰ ਉਹਨਾਂ ਸਾਬ ਇਹੋ ਚੀਜ਼ ਦੇ ਵਜੇ ਕਰੀਏ ਕਿ ਜਿਹੜੇ ਪੁਰਾਣੇ ਆਪਣੇ ਰਿਜ਼ਰਵ ਬੈਂਕ ਦੇ ਗਵਰਨਰ ਸੀਗੇ ਉਹਨਾਂ ਦੇ ਨਾਲ ਮੋਦੀ ਸਰਕਾਰ ਦੀ ਪੰਡ ਨਹੀਂ ਸੀ ਤੇ ਜਿੱਦਾਂ ਉਹਨਾਂ ਦਾ ਕਾਰਜਕਾਲ ਖਤਮ ਹੋਇਆ ਤੋਂ ਉਸ ਤੋਂ ਬਾਅਦ ੁਰਜੀਤ ਪਟੇਲ ਆਏ ਤੇ ਨਾਲ ਦੀ ਨਾਲ ਹੀ ਨੋਟਬੰਦੀ ਦਾ ਫੈਸਲਾ ਲਿਆ ਗਿਆ। ਜਿਹੜੇ ਪੁਰਾਣੇ ਸਨ ਨਾ ਰਗੂਰਾਮ ਰਾਜਨ ਜੀ ਉਹਦੇ ਨਾਲ ਥੋੜਾ ਬਹੁਤ ਮਤਭੇਦ ਲੱਗਦਾ ਖਜ਼ਾਨਾ ਮੰਤਰੀ ਅਰਣਜੀਤ ਲਿਦਾਸੀ ਨਿਰੰਦਰ ਮੋਤੀਦਾਨੀ ਜੀ ਔਰ ਸਭ ਤੋਂ ਵੱਧ ਬੀਜੇਪੀ ਦਾ ਜਿਹੜਾ ਮੂੰਹ ਫਟ ਕਿਸਮ ਦਾ ਆਦਮੀ ਆ ਉਹ ਜੀ ਰੋਜੀ ਉੱਠ ਕੇ ਦੋ ਬਿਆਨ ਦੇ ਦੇ ਬਾਰੇ ਦੇ ਦਿੰਦਾ ਸੀ ਹਾਂਜੀ ਤੇ ਉਹਨੇ ਉੱਠ ਕੇ ਆਪ ਹੀ ਰਗੂਰਾਮ ਰਾਜਨ ਦੇ ਅੱਖਾਂ ਜੀ ਮੈਨੂੰ ਤੁਹਾਡੀ ਨੌਕਰੀ ਨਹੀਂ ਚਾਹੀਦੀ ਮੇਰੀ ਮਿਆਦ ਪੂਰੀ ਹੋ ਰਹੀ ਹੈ ਮੇਰੀ ਐਕਸਟੈਂਸ਼ਨ ਨਾ ਦਿਓ ਮੈਂ ਜਾ ਰਿਹਾ ਉਹਨੇ ਆਪ ਹੀ ਕਹਿਤਾ ਸੀ ਮੈਨੂੰ ਰਹਿੰਦਾ ਤੁਹਾਡੇ ਛੜ ਕੇ ਚਲਾ ਗਿਆ ਸੀ ਆ ਜਿਹੜਾ ਨਵਾਂ ਆਇਆ ਇਸ ਨਵੇਂ ਦੇ ਬਾਰੇ ਸਾਰਿਆਂ ਦੀ ਰਾਏ ਹੈ ਕਿ ਬੰਦਾ ਮਾੜਾ ਨਹੀਂ ਬੰਦਾ ਚੰਗਾ ਰਗੂਰਾਮ ਰਾਜਨ ਨੇ ਅੱਖਾਂ ਨੇ ਮੇਰੇ ਨਾਲ ਕੰਮ ਕੀਤਾ ਹੈ ਬੰਦਾ ਬਹੁਤ ਵਧੀਆ ਡਾਕਟਰ ਮਨਮੋਹ ਸਿੰਘ ਨੇ ਅੱਖਾਂ ਜੀ ਮੈਂ ਜਾਣਦਾ ਬੰਦਾ ਬਹੁਤ ਵਧੀਆ ਪਰ ਬੰਦਾ ਕਈਆਂ ਮਾਮਲਿਆਂ ਦੀ ਫਸ ਗਿਆ ਬਹੁਤ ਬੁਰੀ ਤਰ੍ਹਾਂ ਫਸ ਗਿਆ ਪਾਰਲੀਮੈਂਟ ਸਵਾਲਾਂ ਦੇ ਬਾਛੜੋਣ ਲੱਗੇ ਜਵਾਬ ਦੇਣ ਲੱਗਾ ਆ ਵੀ ਦੱਸਦਾ ਜੀ ਮੈਂ ਮੈਂ ਦੱਸਦਾ ਨਹੀਂ ਫਾਈਲ ਫੋਲਡ ਆ ਵੀ ਦੱਸਦਾ ਜੀ ਆ ਵੀ ਦੱਸਦਾ ਕੰਪਿਊਟਰ ਪੋਰਟ ਪਰ ਦੱਸਣ ਲੱਗਾ ਡਾਕਟਰ ਮਰਮੋਣ ਸਿੰਘ ਉੱਥੇ ਕਾਂਗਰਸ ਦੇ ਲੀਡਰ ਦੇ ਤੌਰ ਤੇ ਬੈਠਾ ਸਾਬਕਾ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਉਸ ਕਮੇਟੀ 'ਚ ਕਾਂਗਰਸ ਦੇ ਮੈਂਬਰ ਵੀ ਨੇ ਭਾਜਪਾ ਦੇ ਨੇ ਬਾਕੀ ਪਾਰਟੀਆਂ ਦੇ ਵੀ ਨੇ ਡਾਕਟਰ ਮਰਮੋਣ ਸਿੰਘ ਕਾਂਗਰਸੀ ਮੈਂਬਰ ਦੇ ਤੌਰ ਤੇ ਉਹਦਾ ਕੰਮ ਇਹ ਸੀ ਕਿ ਰਿజర్ਵ ਬੈਂਕ ਦੇ ਗਵਰਨਰ ਨੂੰ ਨੁਕਰੇ ਲਾ ਦੇ ਕਿ ਤੂੰ ਕੀਤਾ ਕੀ ਤੂੰ ਸਭ ਗੰਦਬਾਤ ਆ ਪਰ ਡਾਕਟਰ ਮਰਮੋਣ ਸਿੰਘ ਦੀ ਸ਼ਰਾਫਤ ਹੈ ਜੇ ਜਦੋਂ ਗਵਰਨਰ ਬੜੀ ਬੁਰੀ ਤਰ੍ਹਾਂ ਫਸ ਗਿਆ ਔਰ ਜਿਤ ਪਟੇਲ ਤੇ ਡਾਕਟਰ ਮਰਮੋਣ ਸਿੰਘ ਨੇ ਉਹਨੂੰ ਆਖਿਆ ਆਹਾ ਤੂੰ ਬਾਕੀ ਗੱਲਾਂ ਜਵਾਬ ਦਿੱਤਾ ਐ ਦੋ ਤਿੰਨ ਗੱਲਾਂ ਦਾ ਜਵਾਬ ਨਾ ਦੇ ਕਿਉਂਕਿ ਇਹ ਜਵਾਬ ਜੇ ਦੇਵੇਂ ਤੇ ਤੂੰ ਕਾਨੂੰਨੀ ਤੌਰ ਤੇ ਫਸ ਜਾਗਾ ਇਹ ਜਵਾਬ ਦੇਣ ਤੋਂ ਤੂੰ ਇਨਕਾਰ ਵੀ ਕਰ ਸਕਦਾ ਕਿਉਂਕਿ ਇਹ ਜਵਾਬ ਉਹ ਆ ਜਿਹੜਾ ਆਰਟੀਆਈ ਚ ਬਾਹਰ ਨਹੀਂ ਆਉਂਦਾ ਤੇ ਤੈਨੂੰ ਦੱਸਣਾ ਨਹੀਂ ਚਾਹੀਦਾ ਸ਼ਰਾਫਤ ਦੇਖੋ ਨਾ ਸ਼ਰਾਫਤ ਔਰ ਇਹ ਸਮਝ ਕੇ ਨਾਲੋਂ ਨੇ ਆਖਿਆ ਕਹਿੰਦਾ ਮੈਂ ਜਰਮੈਂ ਕਿਦਾ ਗਵਰਨਰ ਰਹਿ ਚੁੱਕਾ ਮੈਂ ਖਜ਼ਾਨਾ ਮੰਤਰੀ ਬਾਅਦ ਚ ਬਣਿਆ ਮੈਂ ਪ੍ਰਧਾਨ ਮੰਤਰੀ ਬਾਅਦ ਚ ਬਣਿਆ ਮੈਨੂੰ ਪਤਾ ਰੋਜ਼ ਕੀ ਕਹਿੰਦਾ ਤੈਨੂੰ ਚੇਤਾ ਪੁੱਲ ਗਿਆ ਤੂੰ ਇਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਸਕਦਾ ਤੂੰ ਕਹਦੇ ਕਿ ਮੈਂ ਨਹੀਂ ਜਵਾਬ ਦੇਣਾ ਆਪ ਸੁਜੈਸਟ ਕਰ ਦਿੱਤਾ ਉਹਦਾ ਬਚਾਅ ਕਰਤਾ ਪਰ ਬੀਜੇਪੀ ਵਾਲੇ ਉੱਥੇ ਬੈਠੇ ਸੀ ਉਹਦਾ ਬਚਾਅ ਨਹੀਂ ਕਰ ਸਕੇ ਕਿਉਂਕਿ ਬੀਜੇਪੀ ਵਾਲੇ ਰਾਜਨੀਤੀ ਕਰਨੀ ਜਾਣਦੇ ਆ ਨਰਿੰਦਰ ਮੋਦੀ ਦੇ ਮਗਰ ਤਾੜੀਆਂ ਮਾਰਨੀ ਆ ਜਾਣਦੇ ਆ ਰਿਜ਼ਰਵ ਬੈਂਕ ਦੇ ਗੁਰਦਰਨ ਸੁਨਿਆਪੈਨਾਂ ਜਾਣਦੇ ਆ ਕਿ ਭਾੜਕੇ ਨੋਟ ਬੰਦ ਕਰਨੇ ਆ ਤੂੰ ਕਰ ਦੇ ਨਿਯਮਕਰਨ ਨੂੰ ਥੋੜਾ ਪਤਾ ਨਿਯਮਕਰਨ ਪਤਾ ਮਨਮੋਹ ਸਿੰਘ ਨੂੰ ਸੀ ਇਹਦੇ ਬਚਾਤਾ ਨਹੀਂ ਤੇ ਓਰਜਨ ਪਟੇਲ ਨੂੰ ਤਾਂ ਉਥੋਂ ਰੋਣਾਗਾ ਕਰਕੇ ਕੱਢ ਦਿੰਦੇ ਇਹਨਾਂ ਦੀ ਇੱਜ਼ਤ ਮਤਲਬ ਹੋਰ ਜ਼ਿਆਦਾ ਵੱਧ ਗਈ ਸਾਇਆ ਦਿਮਨ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮਾਂ ਹੋ ਗਿਆ ਖਰਚੋਰਜੀ ਬ੍ਰੇਕ ਦਾ ਮਿਲਦਾ ਕੁਝ ਹੋਰ ਮੁੱਦਿਆਂ ਦੇ ਨਾਲ ਤੁਸੀਂ ਕਿਤੇ ਨਾ ਜਾਣਦੇ ਪਰ ਸਾਡੇ ਨਾਲ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਜੇਂਦਰ ਪੰਚੀ ਦੇ ਨਾਲ ਖਬਰਾਂ ਦੇਸ਼ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਵਿੱਚ ਪਾਗਲ ਆਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਹੈ ਉਹ ਚੇਂਜ ਮੈਂ ਹਾਂ ਜੁਗਰਾਜ ਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦੰਨਿਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਕਟਨਾਵਾ ਧਾਰਮਿਕ ਇਹ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾ ਜਿਨੇ ਅਸੀ ਲਾਉਨੇ ਆ ਕੋਈ ਨਹੀਂ ਲਾਉਂਦਾ ਮੈਂ ਪਿਰਥੀਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਕਸਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਯੋਂਡ ਮਾਰਟੀਨੇਸ਼ਨ ਮੈਰੂ ਕੋ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਂਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀਕ ਸਵੇਰੇ ਹਜ਼ੂਰ ਮੈਂ ਹਾਂ ਸਵਰਨ ਸਿੰਘ ਪਹਿਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿੱਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ ਲਾ ਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਅਗਾਹੀ ਸਰਹੱਦ ਪਾਰ ਕੇ ਮਾਮਲਿਆਂ ਦੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਣੀਪਾਲ ਤੁਹਾਡੀ ਕਚਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨਾਂ ਅੱਗੇ ਅਸੀਂ ਦੇ ਨੇਹਾ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕੋਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜੇ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਸਪਨ ਮੰਚਨ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੀ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਦੀ ਅਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖੱਟਕਰ ਲੈ ਕੇ ਆਈ ਨੀ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ

ਇੰਨੇ ਇੱਕੋ ਦਿਨ 5000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਹਾਂਜੀ ਸਿਪਾਹੀ ਤੋਂ ਹਲਦਾਰ ਹਲਦਾਰ ਤੋਂ ਠੰਡਰ ਠੰਡਰ ਤੋਂ ਵੱਡਾ ਠੰਡਰ ਵੱਡੇ ਠੰਡਰ ਤੋਂ ਇੰਸਪੈਕਟਰ ਇਹ ਤਰੱਕੀਆਂ ਜਦੋਂ ਦਿੱਤੀਆਂ ਗਈਆਂ ਅਸੀਂ ਇਸੇ ਪ੍ਰੋਗਰਾਮ ਚ ਆਖਿਆ ਸੀ ਕਿ ਤਰੱਕੀਆਂ ਕਾਗਜ਼ੀ ਵੀ ਰਹਿ ਸਕਦੀਆਂ ਜੇ ਚੋਣ ਜਾਬਤਾ ਲਾਗੂ ਹੋ ਗਿਆ ਤਾਂ ਕਾਗਜ਼ਾਂ ਦੀਆਂ ਫਾਈਲਾਂ ਪੂਰੀਆਂ ਨਾ ਬਣ ਸਕੀਆਂ ਇਹ ਪੜਾ ਪੈ ਜਾਣਾ ਕਿਉਂ ਸੀ ਕਿਉਂਕਿ ਇੱਥੇ ਇੱਕ ਡੀਜੀਪੀ ਹੁੰਦਾ ਸੀ ਪਰਮਜੀਤ ਦੀਪ ਸਿੰਘ ਗਿੱਲ ਹਾਂਜੀ ਉਹ ਰਿਟਾਇਰ ਹੋ ਗਿਆ ਬਾਅਦ ਚ ਉਹਨੇ ਮੋਗੇ ਤੋਂ ਜਾ ਕੇ ਕਾਲੀ ਟਿਕਟ ਤੇ ਚੋਂ ਲੜੀ ਉਹਨੂੰ ਪਤਾ ਸੀ ਕਿ ਮੈਂ ਮੋਗੇ ਤੇ ਚੋਂ ਲੜਨੀ ਆਂ ਅੰਨੇ ਬਾਏ ਤਰੱਕੀਆਂ ਦਿੱਤੀਆਂ ਮੋਗੇ ਜ਼ਿਲ੍ਹੇ ਚ 300 ਦੇ ਕਰੀਬ ਤਰੱਕੀਆਂ ਦਿੱਤੀਆਂ ਸੀ ਉਹ ਤਰੱਕੀਆਂ ਦੇ ਕੇ ਚਲਾ ਗਿਆ ਸਪੈਈਆਂ ਨੂੰ ਹਵਾਲਦਾਰ ਬਣਾ ਗਿਆ ਹਵਾਲਦਾਰਾਂ ਨੂੰ ਠਾਨੇਦਾਰ ਬਣਾ ਗਿਆ ਬਾਅਦ ਚ ਉਹ ਤਰੱਕੀਆਂ ਰੱਦ ਹੋ ਗਈਆਂ ਜਿਉ ਤਰੱਕੀਆਂ ਕੈਮ ਰਹਿੰਦੀਆਂ ਤੇ ਉਹਨਾਂ ਨੇ ਰਿਸ਼ਤੇਦਾਰਾਂ ਦੀਆਂ ਵੋਟਾਂ ਵੀ ਲਿਆ ਕੇ ਪਾਉਣੀਆਂ ਸੀ ਪਰ ਕਿਉਂਕਿ ਤਰੱਕੀਆਂ ਰੱਦ ਹੋ ਗਈਆਂ ਤੁਹਾਨੂੰ ਨਹੀਂ ਕਿ ਸਰਕਾਰ ਨੇ ਰੱਦ ਕੀਤੀ ਉਹਨਾਂ ਕਹਿ ਇਹਨੇ ਤੋਖਾ ਕੀਤਾ ਉਹਨਾਂ ਨੇ ਰਿਸਦਾਰਾਂ ਨੂੰ ਵੀ ਕਹਿਤਾ ਇਹਨੂੰ VOTING ਇਹ ਪਾਉਣੀ ਨੁਕਸਾਨ ਹੋ ਗਿਆ ਹੁਣ ਜਦੋਂ ਦਸੰਬਰ ਚ ਸੁਖਵੀਰ ਸਿੰਘ ਬਾਦਲੇ ਨਾਲ ਤਰੱਕੀਆਂ ਦਿੱਤੀਆਂ ਤੇ ਉਦੋਂ ਪਤਾ ਸੀ ਕਿ ਅੱਜ ਭਲਕ ਪਰਸੋ ਤੱਕ ਚੋਣ ਜਾਬਤਾ ਲਾਗੂ ਹੋਣ ਵਾਲਾ ਇਹ ਰਿਸਕ ਨਹੀਂ ਲੈਣਾ ਚਾਹੀਦਾ ਇਹਨਾਂ ਨੇ ਕੁਝ ਉਹਨਾਂ ਥਾਣੇਦਾਰਾਂ ਨੂੰ ਤਰੱਕੀਆਂ ਦੇਤੀਆਂ ਜਿਹੜੇ ASI ਡਾਇਰੈਕਟ ਭਰਤੀ ਹੋਏ ਸਨ ਤੇ ਉਹਨਾਂ ਨੇ ਅਪਰ ਦੇ ਕੋਰਸ ਕੀਤੇ ਸੀ ਅਪਰ ਦੇ ਕੋਰਸ ਤੋਂ ਬਾਅਦ ਉਹਨਾਂ ਵੱਡੇ ਥਾਣੇਦਾਰ ਬਣਨਾ ਸੀ ਇਹਨਾਂ ਨੇ ਮੋਢਿਆਂ ਤੇ ਇਕ ਇਕਦਾਰਾ ਸੀਗਾ ਇੱਕ ਹੋਰ ਲਾਤਾ ਹੁਣ ਉਹਦੇ ਤੋਂ ਬਾਅਦ ਸਰਕਾਰ ਦਾ ਇੱਕ ਇਛਤਿਆਰ ਜਾਰੀ ਹੋ ਗਿਆ ਡਾਇਰੈਕਟ ਭਰਤੀ ਵਾਸਤੇ ਉਹ ਕਹਿੰਦੇ ਜੀ ਜੇ ਡਾਇਰੈਕਟ ਭਰਤੀ ਵਾਲੇ ਆ ਗਏ ਤੇ ਜਿਹੜੇ ਅਸੀਂ ਆ ਹੇਠੋਂ ਤਰੱਕੀਆਂ ਕਰਕੇ ਆਏ ਆ ਅਸੀਂ ਪਿੱਛੇ ਲੱਗ ਜਾਾਂਗੇ ਉਹ ਅੱਗੇ ਲੰਘ ਜਾਣਗੇ ਹਾਂਜੀ ਜੇ ਸਾਡੀਆਂ ਹੋਣ ਵਾਲੀਆਂ ਤਰੱਕੀਆਂ ਕੈਮਰਿਆਂ ਦੀਆਂ 4 6 10 ਸਾਲ ਤੱਕ ਅਸੀਂ ਬਾਅਦ ਵਿੱਚ ਡੀਐਸਪੀ ਵੀ ਬਣ ਸਕਦੇ ਆ ਤੇ ਜੇ ਉਹ ਨਵੀਂ ਪੀੜ ਭਰਤੀ ਕਰਨ ਲੱਗੇ ਸਾਡੇ ਅੱਗੇ ਅੱਗੇ ਲੱਗੇ ਤੇ ਫਿਰ ਉਹਨਾਂ ਨੂੰ ਵੀ ਪ੍ਰੋਮੋਸ਼ਨਾਂ ਵਾਸਾ ਮਿਲਣੀਆਂ ਸਾਡੀ ਤੇ ਵਾਰੀ ਨਹੀਂ ਆਉਣੀ ਤੇ ਫਿਰ ਇਹਨਾਂ ਉਹਦਾਂ ਤੇ ਰਿਟਾਇਰ ਵਾਂਗੇ ਹੁਣ ਸੁਖਬੀਰ ਸਿੰਘ ਬਾਦਲ ਨੇ ਉਦੋਂ ਵੋਟਾਂ ਗੰਡਣ ਦੇ ਖਾਤਰ ਪੁਲਿਸ ਅਕੈਡਮੀ ਚ ਜਾ ਕੇ ਤੇ ਪੀਏਪੀ ਚ ਜਾ ਕੇ ਮੋਢਿਆਂ ਤੇ ਤਾਰੇ ਲਾਤੇ ਫੀਤੀਆਂ ਲਾਤੀਆਂ ਸਭ ਲੋਕਾਂ ਨੂੰ ਖੁਸ਼ ਕਰਤਾ ਟੱਲੇ ਦੇ ਫਕੀਰ ਵਾਂਗੂੰ ਦੁੱਧ ਪੁੱਤ ਵੰਡੀ ਗਿਆ ਤੇ ਬਾਅਦ ਵਿੱਚ ਉਹ ਫਾਈਲਾਂ ਦਾ ਇੱਕ ਤਰੀਕਾ ਹੁੰਦਾ ਲਿਸਟ ਬਣਦੀ ਹੈ ਲਿਸਟ ਪਹਿਲਾਂ ਹੇਟਲੀ ਅਫਸਰਾਂ ਤੋਂ ਰਿਕਮੈਂਡ ਹੋ ਕੇ ਡੀਜੀਪੀ ਤੱਕ ਜਾਂਦੀ ਹੈ ਡੀਜੀਪੀ ਤੋਂ ਪੰਜਾਬ ਸਰਕਾਰ ਦੇ ਹੋਮ ਸੈਕਰੀ ਤੱਕ ਜਾਂਦੀ ਹੈ ਜੀ ਹੋ ਸੈਕਟਰੀ ਤੋਂ ਬਾਅਦ ਹੋਮ ਮਿਨਿਸਟਰ ਤੱਕ ਜਾਂਦੀ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਸੀ ਉਹੜੇ ਥੱਲੇ ਤੁਰਦੀ ਤੁਰਦੀ ਆਦੀ ਹੋਮ ਸੈਕਟਰੀ ਤੱਕ ਨਹੀਂ ਗਏ ਤੇ ਚੋਣ ਜਾਬਤਾ ਲਾਗੂ ਹੋ ਗਿਆ ਹੁਣ ਉੱਥੇ ਕੰਮ ਰੁਕ ਗਿਆ ਉਹ ਹਾਈ ਕੋਰਟ ਚਲੇਗੇ ਨੇ ਕਿਸੇ ਦਾ ਵੀ ਨਹੀਂ ਹੋਇਆ ਉਹ ਹਾਈ ਕੋਰਟ ਚਲੇਗੇ ਨੇ ਉਹਨਾਂ ਨੇ ਬਾਕੀਆਂ ਦਾ ਤੇ ਕੁਝ ਲੋਕਾਂ ਦਾ ਹੋ ਗਿਆ ਪਰ ਇਹ ਕੁਝ ਲੋਕ ਨੇ ਖਾਸ ਤੌਰ ਤੇ ਥਾਣੇਦਾਰ ਜਿਹੜੇ ਨੇ ਇਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਜਾ ਕੇ ਉਹਦੇ ਉੱਤੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਔਰ ਇਹ ਸਾਰੇ ਦੇ ਨਾਲ ਇੰਨੀ ਗੜਤਨ ਫੈਲਣੀ ਹੈ ਜਿਹੜੀ ਅਕਾਲੀਆਂ ਦੇ ਖਿਲਾਫ ਜਾ ਸਕਦੀ ਹੈ ਔਰ ਅੱਜਕੱਲ੍ਹ ਵੈਸੇ ਵੀ ਇਹਨਾਂ ਨੂੰ ਕੁਝ ਜ਼ਿਆਦਾ ਸਵਾਲ ਪੁੱਛੇ ਜਾ ਰਹੇ ਨੇ ਕੋਰਟ ਫਲੋ ਜੀ ਤੇ ਪੰਨੂ ਸਾਹਿਬ ਪਾਕਿਸਤਾਨ ਦੇ ਪਾਰਲੀਮੈਂਟ ਮੈਂਬਰਾਂ ਦੇ ਨਾਂ ਵਾਲੇ ਬੈਂਕ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਜਮ੍ਹਾਂ ਕੀਤੇ ਗਏ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਇਹ ਕੀ ਹੋ ਗਿਆ एकदम ਇਹ ਜਿੱਦਾਂ ਦੀ ਬਿਮਾਰੀ ਸਾਡੇ ਭਾਰਤ ਵਿੱਚ ਆ ਆਖਰਕਾਰ ਪਾਕਿਸਤਾਨ ਜਿਹੜਾ ਉਸ ਸ਼ੁਕਰਤਾਰੇ ਮੰਗਲਤਾਰੇ ਤੋਂ ਲਿਆ ਕੇ ਤਾਂ ਨਹੀਂ ਬਣਾਇਆ ਗਿਆ ਸਾਡਾ ਹੀ ਇੱਕ ਹਿੱਸਾ ਕੱਟ ਕੇ ਬਣਾਇਆ ਗਿਆ ਜੀ ਜਿੰਨੀਆਂ ਜਾਤਾਂ ਗੋਤਾਂ ਸਾਡੇ ਕੋਲ ਆ ਪਟੇਲ ਇੱਧਰ ਆ ਪਟੇਲ ਉੱਧਰ ਆ ਸੰਧੂ ਇੱਧਰ ਆ ਸੰਧੂ ਉੱਧਰ ਚੱਠੇ ਇੱਧਰ ਚੱਠ ਸਾਰੇ ਜਾਤਗਤਾਂ ਉਧਰ ਮਿਲਦੀਆਂ ਗਲਤੀਆਂ ਨੇ ਸਾਡੇ ਵਿੱਚੋਂ ਕੇ ਸਾਡਾ ਭਾਈਚਾਰਾ ਨੇ ਜਿੰਨੀ ਕਿਸੇ ਦੇ ਦੁੱਖ ਸਾਡੀ ਰਾਜਨੀਤੀ 'ਚ ਉਹਨੀ ਕਿਸੇ ਦੇ ਉਧਰ ਵੀ ਆ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਦੇ ਵਿੱਚੋਂ ਕਾਫੀ ਸਾਰੇ ਪਤਾ ਲੱਗਿਆ ਕਿ 100 ਦੇ ਕਰੀਬ ਹੈ ਜਿਨ੍ਹਾਂ ਦੇ ਨਾਂ ਤੇ ਬੈਂਕਾਂ ਵਿੱਚ ਖਾਤੇ ਖੋਲੇ ਗੋਣਾ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਾਏ ਗੇ ਕੁਝ ਲੋਕਾਂ ਨੇ ਕਢਾ ਲਏ ਕੁਝ ਲੋਕਾਂ ਨੇ ਨਹੀਂ ਕਢਾਏ ਅਜੇ ਉਸ ਤੋਂ ਪਹਿਲਾਂ ਇੱਕ ਅਖਬਾਰ ਨੇ ਲਿਖ ਦਿੱਤਾ ਕਿ ਪਾਰਲੀਮੈਂਟ ਮੈਂਬਰਾਂ ਦੇ ਖਾਤਿਆਂ ਵਿੱਚ ਐਨੇ-ਨੇ ਕਰੋੜਾ ਰੁਪਏ ਕਿੱਥੋਂ ਜਮ੍ਹਾਂ ਹੋਏ ਉਹਦੇ ਕਰੋੜਾਂ ਬਿਨਾਂ ਖਾਤੇ ਜਮਾ ਹੋਏ ਸੀ ਜਿਨ੍ਹਾਂ ਨੇ ਅਜੇ ਨਹੀਂ ਕਢਾਏ ਉਹ ਕਹਿੰਦੇ ਜੀ ਅਸੀਂ ਖਾਤਾ ਹੀ ਨਹੀਂ ਖੁਲਾਇਆ ਤੇ ਉਹਨਾਂ ਖਾਤਿਆਂ 'ਚ ਖਾਤਾ ਖੁਲਾਉਣ ਵਾਸਤੇ ਦੇ ਡਾਕੂਮੈਂਟਸ ਨੇ ਹਾਂਜੀ ਰੈਇਡੈਂਸ ਤੇ ਪ੍ਰੂਫ ਨੇ ਉਹ ਸਾਰਾ ਕੁਝ ਤੇ ਉਹਨਾਂ ਦੇ ਲੱਗੇ ਉਹਨਾਂ ਦੇ ਨਾਂ ਤੇ ਫਿਰ ਖਾਤਾ ਕਿਨੇ ਬੈਂਕ ਵਾਲੇ ਨੇ ਖੋਲਤਾ ਕਹਿੰਦੇ ਸਾਨੂੰ ਪਤਾ ਨਹੀਂ ਅਸੀਂ ਗਏ ਨਹੀਂ ਖੁਲਾਉਣ ਖਾਤੇ ਉਹਨਾਂ ਦੇ ਨਾਂ ਤੇ ਖੋਲੇ ਗਏ ਜਿਨ੍ਹਾਂ ਨੇ ਪੈਸੇ ਉੱਥੇ ਆਏ ਤੇ ਕਢਾਲੇ ਆ ਉਹ ਕਹਿੰਦੇ ਅਸੀਂ ਬੈਂਕ ਗਏ ਹੀ ਨਹੀਂ ਅਸੀਂ ਕਢਾਈ ਹੀ ਨਹੀਂ ਮੁਕਰ ਕੇ ਸਾਫੀ ਉਹ ਤਾਂ ਕਮਾਈ ਕਰ ਗਿਆ ਤੇ ਹੁਣ ਮੁਕਰ ਜਾਣ ਤੇ ਫਾਇਦਾ ਹੋਵੇਗਾ ਦੂਜੇ ਰੋਂਦੇ ਹੋਣਗੇ ਕਿ ਕਮਾਈ ਦਾ ਮੌਕਾ ਨਹੀਂ ਮਿਲਿਆ ਗੁਨਾਹ ਸਾਡੇ ਸਿਰ ਲੱਗ ਗਿਆ ਜਾਪਦਾ ਇਹ ਹੈ ਕਿ ਕੋਈ ਵੱਡੀ ਤਗੜੀ ਕਾਰਪੋਰੇਸ਼ਨ ਆ ਰਹੀ ਹੈ ਇਦਾਂ ਦਾ ਕੰਮ ਭਾਰਤ ਵਿੱਚ ਵੀ ਹੁੰਦਾ ਕੁਝ ਕਾਰਪੋਰੇਸ਼ਨਾਂ ਇਹ ਭਾਰਤ ਵਿੱਚ ਵੀ ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚ ਕਰਦੀਆਂ ਨੇ ਕਿ ਸਾਡਾ ਫਲਾਣਾ ਉੱਥੇ ਬਿੱਲ ਆਉਣਾ ਸਾਡੇ ਪੱਖ ਦਾ ਪਾਸ ਕਰਵਾ ਦੇ ਪਿੱਛੇ ਦੀ ਇੱਕ ਵਾਰੀ ਇਹ ਵੀ ਡਾਕਟਰ ਮਨਮੋਹ ਸੰਧੀ ਸਰਕਾਰ ਵੇਲੇ ਰੌਲਾ ਪੈ ਗਿਆ ਸੀ 11 ਮੈਂਬਰ ਫੜੇ ਗਏ ਸੀ ਜਿਹੜੇ ਪੈਸੇ ਲੈ ਕੇ ਪਾਰਲੀਮੈਂਟ ਚ ਸਵਾਲ ਪੁੱਛਦੇ ਸੀ ਪੁੱਛ ਲਿੰਦੇ ਸੀ ਜਦੋਂ ਸਰਕਾਰ ਫਸ ਜਾਂਦੀ ਤੇ ਜਵਾਬ ਦੇਣ ਵੇਲੇ ਜਾਣ ਕੇ ਗੈਰ ਹੋ ਜਾਂਦੇ ਗੈਰਾ ਜਰ ਹੋ ਜਾਂਦੇ ਸੀ ਸੌਦੇ ਬਾਜ ਤੇ ਸੀ ਕਿਸੇ ਕਾਰਪੋਰੇਸ਼ਨ ਬਾਰੇ ਸਵਾਲ ਅੱਜ ਪੁੱਛ ਲਓ ਜਦੋਂ ਜਵਾਬ ਦੇਣਾ ਜੇ ਮੈਂਬਰ ਉੱਥੇ ਹਾਜ਼ਰ ਨਹੀਂ ਤੇ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ ਕੁਐਸਚਨ ਡਰਾਪ ਹੋ ਜਾਂਦਾ ਜਿਹੜੀ ਕਾਰਪੋਰੇਸ਼ਨ ਬਹੁਤ ਫਸਦੀ ਉਹਨੂੰ 10000 ਕਰੋੜ ਰੁਪਇਆ ਜਾਂ 2000 ਕਰੋੜ ਰੁਪਈਆ ਦਾ ਵੀ ਫਰਕ ਪੈਂਦਾ ਹੋਵੇ ਉਹਦੇ ਬਾਰੇ ਸਵਾਲ ਪੁੱਛ ਲਓ ਕਾਰਪੋਰੇਸ਼ਨ ਬੰਦੇ ਭੇਜ ਕੇ ਐਮਪੀ ਨਾਲ ਗੱਲ ਕਰੇ ਉਹਨੂੰ ਆਖੇ ਕਿ 2000 ਕਰੋੜ ਸਾਡਾ ਤੋਂ ਜੂਰ ਲੋਣਾ ਤੂੰ 200 ਕਰੋੜ ਆਪ ਜਿਹੜਾ ਲੱਲਾ ਲੱਲ ਉਹਦੋਂ ਤੋਂ ਗਹਿਰਾ ਜਦੋਂ ਜੀ ਇਹ ਕੰਮ ਇੱਥੇ ਵੀ ਚੱਲਦਾ ਉੱਥੇ ਵੀ ਚੱਲਦਾ ਕਈਆਂ ਸਭਾਤ ਚੱਲਦਾ ਪਿਆ ਹੁਣ ਪਾਕਿਸਤਾਨ ਦੇ ਵਿੱਚ ਪਾਰਲੀਮੈਂਟ ਮੈਂਬਰਾਂ ਦੇ ਨਾਂ ਤੇ ਕਿਸੇ ਨੇ ਆਪੇ ਹੀ ਖਾਤੇ ਖੁਲਾ ਲਏ ਤੇ ਆਪੇ ਹੀ ਉਹਨਾਂ ਦੇ ਖਾਤਿਆਂ 'ਚ ਪੈਸੇ ਭਾਤੇ ਉਹਦਾ ਰੌਲਾ ਗੁੱਜਾ ਗੁੱਜਾ ਦੇ ਪੈਦਾ ਪੈਦਾ ਹੌਲੀ ਹੌਲੀ ਅਖਬਾਰਾਂ 'ਚ ਆ ਗਿਆ ਅਗਲੇ ਦਿਨਾਂ 'ਚ ਕੀ ਹੋਵੇਗਾ ਪਤਾ ਕੋਈ ਨਹੀਂ ਪਰ ਮਾਮਲਾ ਇਹ ਛੋਟਾ ਜਿਹਾ ਨਹੀਂ ਕੱਲ ਨੂੰ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੱਡੇ ਤਮਾਕਿਆਂ ਦਾ ਕਾਰਨ ਇਹ ਬਣ ਸਕਦਾ ਕਿਉਂਕਿ ਕ腐ਪਸ਼ਨ ਦੇ ਪੱਖ ਤੋਂ ਪਾਕਿਸਤਾਨ ਦਾ ਰਿਕਾਰਡ ਭਾਰਤ ਨਾਲੋਂ ਵੀ ਬਹੁਤ ਜ਼ਿਆਦਾ ਮਾੜਾ ਹੈ। ਉਹਨਾਂ ਤੇ ਪ੍ਰਧਾਨ ਮੰਤਰੀ ਵੀ ਇਸ ਗੱਲ ਦੇ ਐਸੋੜੇ ਮਕਦਮੇ ਭੁਗਦਾ ਪਿਆ। ਉਹਦੇ ਦੋਵੇਂ ਪੁੱਤਰ ਵੀ ਧੀ ਵੀ ਪਨਾਮਾ ਪੇਪਰ ਲੀਕਜ ਵਿੱਚ ਸਭ ਕੁਝ ਆ ਗਿਆ ਕਿ ਕਿੰਨਾ ਨੇ ਮਾਲ ਕਮਾਇਆ ਹੋਇਆ। ਤੇ ਜੇ ਉਹ ਤੋਂ ਪਹਿਲਾਂ ਰਾਸ਼ਟਰਪਤੀ ਸੀ ਆਸਿਫ ਖਾਨ ਜਿੰਦਦਾਰੀ ਉਹਨੂੰ ਸਾਰੇ ਮਿਸਟਰ 10% ਕਹਿੰਦੇ ਸੀ ਉਹ ਵੀ ਭੁਗਤਦਾ ਫਿਰਦਾ ਸੀ ਤੇ ਇਹ ਪਾਕਿਸਤਾਨ ਦੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਸਕੈਂਡਲ ਵੀ ਬਣ ਕੇ ਸਾਹਮਣੇ ਆ ਸਕਦਾ ਹੈ ਜੀ 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 ਬਨੂ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਤੁਸੀਂ ਸਾਰੇ ਵੀ ਆਪਣਾ ਕੀਮਤੀ ਸਮਾਂ ਗਾਟ ਕੇ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਜਾਂ ਫਿਰ ਕੋਈ ਵੀ ਸੁਝਾਇਤ ਹੈ ਤੁਸੀਂ ਸਾਡੇ ਨਾਲ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਹੋ ਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਇਹਨਾਂ ਇਸ ਦਿਨਾਂ ਤੋਂ ਤੁਸੀਂ ਮੈਨੂੰ ਪ੍ਰਭਜੋਤ ਕਰਨ ਦੀ ਇਜਾਜ਼ਤ ਤੇ ਬਨਰੋ ਪ੍ਰਾਈਮੇਅਰ ਸ਼ੈਅ ਟੀਵੀ ਦੇ ਨਾਲ